हेल्थ प्लस प्रोग्राम से थोड़ा सा आपका स्वागत है। आज असी थोड़ी मुलाकात करवा रहे हैं लुधियाना मेडिवेज हॉस्पिटल के चेयरमैन पाऊ जी के नाल, जो कि सेहत सुविधावां के खेत्र के विच एक जाने माने नाम है। पाऊ जी अपनी समाज सेवा दे लई बहुत जाने जाते हैं और समय समय वालों गरीब लोगों के लिए मैडिकल कैंप्स का आयोजन करते रहते हैं। बीते दिनी सिविल हस्पताल के बाहर लुधियाना मेडिवेज हस्पताल वालों डॉक्टर हरकमल की देख रेख हेठ एक मैडिकल कैंप लगाया गया। आओ करते हैं गलबात पाऊ जी के नाल, जो कि सानू इस मैडिकल कैंप बारे विस्तृत जानकारी देंगे। और जिस चैरिटी के लिए लुधियाना मेडिवेज हॉस्पिटल मशहूर है, और जिस तरीके दे नाल दिनों दिन कोई ना कोई नई चीज़ जी होंगी रही है, अभी देखा कि इतने बहुत ही वधिया डॉक्टर हरकमल जी डरमाटोलॉजिस्ट ने जिन्होंने ज्वाइन किया, और फ्री कैंप्स जोड़े है तुम इतने हॉस्पिटल सेवावान करते हो, लेकिन बाहर जाके भी जिदा कल सिविल हॉस्पिटल के बाहर जोड़ा है इन्होंने कैंप लगया और 200 के करीब जी ओ पी डी की कहना चाहूँ। मैं सब तो पहले तो डॉक्टर साहब का धन्यवाद कराँगा जिन्होंने आपका कीमती टाइम कढ के कल ऐतवार का दिन से फिर भी इन्होंने आपदी सेवावान कल उत्थे दिखाई, और उस इलाके जिते कि बहुत गरीब और बहुत ही कंजस्टेड एरिया जिते कि आम तौर पर प्रॉब्लम रही है, पानी भी उतों का साफ नहीं है वे, तो वो लोगों के नाल जाके 200 पेशेंट देखना मेरे लिए इन्हों की सब तो वो जी है इन्हें तरक्की है। ਬਾਊ ਜੀ, ਜਿਸ ਤਰੀਕੇ ਨਾਲ ਕਰੋਨਾ ਦੇ ਪਹਿਲਾਂ ਐਪੀਡੈਮਿਕ ਦੇ ਵਿੱਚ ਪਿਛਲਾ ਸਾਲਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਆ, ਹੁਣ ਜਿੱਦਾਂ ਡੇਂਗੂ ਆ ਜਿਹੜਾ ਉਹ ਪੈਰ ਪਸਾਰ ਰਿਹਾ ਹੈਗਾ, ਔਰ ਤੁਹਾਡਾ ਹਸਪੀਟਲ ਹਮੇਸ਼ਾ ਹਰ ਇੱਕ ਬਿਮਾਰੀ ਦੇ ਲਈ ਜਿਹੜਾ ਹੈਗਾ ਅਟੈਚਮੈਂਟ ਰਹਿੰਦਾ, ਪਹਿਲਾਂ ਹੀ ਮਤਲਬ ਲੋਕਾਂ ਨੂੰ ਅਵੇਅਰ ਕਰਨਾ ਸ਼ੁਰੂ ਕਰ ਦਿੰਦਾ, ਕੀ ਕਹਿਣਾ ਚਾਹੋਗੇ? ਕੱਲ੍ਹ ਡੇਂਗੂ ਦੇ ਵਾਸਤੇ ਸਪੈਸ਼ਲ ਸਾਡੇ ਉੱਥੇ ਕੈਂਪ ਦੇ ਪ੍ਰਧਾਨ ਜੀ ਆਏ ਸੀ, ਜਿਨ੍ਹਾਂ ਨੂੰ ਪ੍ਰਿਤਪਾਲ ਸਿੰਘ ਜੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ, उन्होंने काफ़ी सारा साबन जिहड़ा कि उत्थे डिस्ट्रीब्यूट किया, कल्ले कल्ले पेशेंट नूं डॉक्टर साहब के कोलों दवाया, तो उन्होंने समझाया गया भी ये वर्तन के नाल डेंगू जिहड़ा हैगा वो तुहाडे नेड़े भी नहीं आऊगा। ਪਾਊ ਜੀ, ਕੀ ਕਹਿਣਾ ਚਾਹੋਗੇ ਕਿ ਜਿੱਦਾਂ ਯੰਗ ਐਨਰਜੈਟਿਕ ਸਟਾਫ ਹੈਗਾ ਔਰ ਹਰੇਕ ਓਕੇਜ਼ਨ ਨੂੰ ਤੁਸੀਂ ਮਨਾਉਂਦੇ ਹੋ, ਔਰ ਜਿਹੜਾ ਹੁਣ 29 ਤਰੀਕ ਨੂੰ ਵਰਲਡ ਹਾਰਟ ਡੇ ਆ ਰਿਹਾ ਹੈਗਾ, ਉਹਦੇ 'ਤੇ ਵੀ ਤੁਸੀਂ ਬਹੁਤ ਵੱਡਾ ਜਿਹੜਾ ਹੈਗਾ ਇੱਥੇ ਔਰਗਨਾਈਜ਼ ਕਰ ਰਹੇ ਹੋ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਕਿ ਹਰਟ ਆ ਜਿਹੜਾ ਉਹ ਪਹਿਲਾਂ ਵਾਲਾ ਹਰਟ ਨਹੀਂ ਰਿਹਾ, ਵੀ ਜਦੋਂ ਹਰਟ ਅਟੈਕ ਹੋ ਗਿਆ ਤਾਂ ਬੰਦਾ ਮਰ ਗਿਆ, ਅੱਜ ਤਾਂ ਤੁਸੀਂ ਹਰਟ ਅਟੈਕ ਵਾਲੇ ਹੋਏ ਬੰਦਿਆਂ ਨੂੰ ਬਹੁਤ ਜ਼ਿਆਦਾ ਮੋਰਟੈਲਿਟੀ ਰੇਟ ਆ ਤੁਹਾਡਾ, ਬਹੁਤ ਉਹਨਾਂ ਨੂੰ ਮੋਰਟੈਲਿਟੀ ਰੇਟ ਬੜਾ ਘਟਾਤਾ ਹੈਗਾ, ਮਰਨ ਦੀ ਜਿਹੜੀ ਦਰ ਹੈਗੀ ਆ ਉਹਨਾਂ ਦੀ ਬੜੀ ਘਟਾਤੀ ਹੈਗੀ ਆ, ਔਰ ਉਹਨਾਂ ਨੂੰ ਜਿਉਣ ਵਾਲੇ ਪਾਸੇ ਕੀ ਹਰਟ ਦੇ ਜਿਹੜੇ ਪੇਸ਼ੈਂਟ ਆ ਉਹ ਵੀ ਬਚ ਸਕਦੇ ਨੇ। ਹਰਟ ਡੇ ਅਸੀਂ ਇਸ ਵਾਰੀ ਕਾਫੀ ਉਤਸ਼ਾਹ ਨਾਲ ਮਨਾ ਰਹੇ ਹਾਂ, ਕਿਉਂਕਿ ਇਹ ਦਿਨੋਂ ਦਿਨ ਜਿਹੜੀ ਤਕਲੀਫ ਹੈਗੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ, ਖਾਸ ਤੌਰ 'ਤੇ ਲੁਧਿਆਣੇ ਦੇ ਵਿੱਚ ਫਾਸਟ ਫੂਡ ਖਾਣ ਦੇ ਨਾਲ ਪਹਿਲੇ ਜਿਹੜੇ ਮਤਲਬ ਬੱਚੇ ਹੁੰਦੇ ਸੀਗੇ ਉਹ ਆਪਦੇ ਫਾਦਰ ਨੂੰ ਲੈ ਕੇ ਆਉਂਦੇ ਸੀ, ਪਰ ਹੁਣ ਫਾਦਰ ਆਪਦੇ ਬੱਚੇ ਨੂੰ ਲੈ ਕੇ ਆ ਰਹੇ ਆ, ਵੀ ਇਹਨੂੰ ਇਹ ਤਕਲੀਫ ਹੋ ਰਹੀ ਹੈ। ਮੈਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਾਂਗਾ ਕਿ ਫਾਸਟ ਫੂਡ ਤੋਂ ਪਰਹੇਜ਼ ਕਰੋ, ਐਕਸਰਸਾਈਜ਼ ਕਰੋ, ਤਾਂ ਕਿ ਮਤਲਬ ਅਸੀਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ। ਔਰ ਅਸੀਂ ਚਾਹਾਂਗੇ ਭਾਊ ਜੀ, ਹੁਣ ਤੁਹਾਡੇ ਹੁਣ ਹਰ ਡਾਕਟਰ ਜਿਨ੍ਹਾਂ ਨੇ ਕੈਂਪ ਲਗਾਇਆ ਔਰ 200 ਪੇਸ਼ੈਂਟ ਦੇ ਕਰੀਬ ਜਿਹੜਾ ਹੈਗਾ ਸੰਡੇ ਵਾਲੇ ਦਿਨ ਵੀ ਸੇਵਾ ਕਰਕੇ ਆਏ ਆ, ਅਸੀਂ ਉਹਨਾਂ ਦੇ ਨਾਲ ਵੀ ਰੂਬਰੂ ਹੋਵਾਂਗੇ। ਹਾਂ, ਜ਼ਰੂਰ। ਡਾਕਟਰ ਹਰਕਮਲ ਜੀ, ਕਿਵੇਂ ਤੁਹਾਨੂੰ ਲੱਗਦਾ ਤੁਸੀਂ ਇੱਕ ਚੈਰੀਟੇਬਲ ਜਗ੍ਹਾ 'ਤੇ ਆ ਗਏ ਹੋ, ਠੀਕ ਹੈ, ਲੁਧਿਆਣਾ ਮੈਡੀਵੇਜ ਆ ਜਿਹੜਾ ਉਹਦੇ 'ਚ ਹਮੇਸ਼ਾ ਕਮਰਸ਼ਲਾਈਜੇਸ਼ਨ ਨਹੀਂ ਹੈ ਬਲਕਿ ਮਰੀਜ਼ਾਂ ਦੀ ਸੇਵਾ ਵੱਲ ਧਿਆਨ ਦਿੱਤਾ ਜਾਂਦਾ, ਔਰ ਉਸੇ ਧਿਆਨ 'ਚੋਂ ਤੁਸੀਂ ਲੱਗੇ ਹੋ, ਕਿਵੇਂ ਤੁਹਾਨੂੰ ਮਤਲਬ ਕਿੰਨੀ ਕੁ ਚੇਂਜ ਤੁਹਾਨੂੰ ਆਪਣੇ ਆਪ 'ਚ ਮਹਿਸੂਸ ਆਈ ਜਦੋਂ ਤੁਸੀਂ ਸੇਵਾ ਕਰ ਰਹੇ ਹੋ? ਮੈਂ ਹਮੇਸ਼ਾ ਜਦੋਂ ਵੀ ਸਪੈਸ਼ਲਿਟੀ ਕਰਕੇ ਬੰਦਾ ਨਿਕਲਦਾ ਹੈ ਫਰੋਮ ਮੈਡੀਕਲ ਕਾਲਜ, ਸਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਕਾਰਪੋਰੇਟ ਸੈਟਅਪ 'ਚ ਜਾਣਾ ਚਾਹੁੰਦੇ ਹੋ ਕਿ ਚੈਰੀਟੇਬਲ ਸੈਟਅਪ 'ਚ ਜਾਣਾ ਚਾਹੁੰਦੇ ਹੋ। ਮੈਂ ਹਮੇਸ਼ਾ ਤੋਂ ਕੰਮ ਕਰਨਾ ਚਾਹੁੰਦੀ ਸੀ ਜੋ ਕਿ ਚੈਰੀਟੇਬਲ ਸੈਟਅਪ ਹੋਵੇ ਜਿੱਥੇ ਮੈਕਸੀਮਮ ਪੇਸ਼ੈਂਟਸ ਆ ਸਕਣ ਅਤੇ ਆਪਾਂ ਉਹਨਾਂ ਦੀ ਸੇਵਾ ਕਰ ਸਕੀਏ। ਇੱਕ ਡਾਕਟਰ ਤੋਂ ਪੇਸ਼ੈਂਟ ਦਾ ਟਰੱਸਟ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹਟ ਚੁੱਕਿਆ, ਅਤੇ ਅਸੀਂ ਸਾਡੀ ਹੁਣ ਇਹ ਕੋਸ਼ਿਸ਼ ਹੈ ਜ਼ਿਆਦਾ ਤੋਂ ਜ਼ਿਆਦਾ ਕੈਂਪਸ ਲਗਾ ਕੇ ਲੋਕਾਂ ਨੂੰ ਅਵੇਅਰ ਕਰਕੇ ਇੱਕ ਟਰੱਸਟ ਦੁਬਾਰਾ ਬਿਲਡਅਪ ਕਰਨ ਲਈ ਜੋ ਪੇਸ਼ੈਂਟ ਦੇ ਡਾਕਟਰ ਦੇ ਵਿੱਚ ਹਮੇਸ਼ਾ ਹੋਣਾ ਚਾਹੀਦਾ, ਤਾਂ ਕਿ ਅਸੀਂ ਇਨ ਚੈਰੀਟੇਬਲ ਇੰਸਟੀਟਿਊਸ਼ਨਸ ਹਮੇਸ਼ਾ ਆਪਣੇ ਪੇਸ਼ੈਂਟਸ ਦੇ ਲਈ ਅਵੇਲੇਬਲ ਹੋਈਏ ਅਤੇ ਉਹ ਟਰੱਸਟ ਸਾਡੇ 'ਤੇ ਕਰਨ, ਨਾ ਕਿ ਕਿਸੇ ਹੋਰ ਤੋਂ ਇੱਧਰ ਉੱਧਰ ਆਪਣੀ ਸਕਿਨ ਲਈ ਕੋਈ ਹੋਰ ਮੈਡੀਸਿਨਸ ਲੈ ਕੇ ਆਪਣੀ ਖਰਾਬੀ ਕਰਨ। ਦੱਸੋ, ਸਕਿਨ ਜਿਹੜਾ ਕਿ ਇੱਕ ਐਸਾ ਡੈਲੀਕੇਟ ਆਪਣਾ ਅੰਗ ਹੈ ਸਰੀਰ ਦਾ, ਔਰ ਅੱਜ ਕੱਲ੍ਹ ਲੋਕ ਸੋਹਣੇ ਬਣਨ ਦੇ ਲਈ ਇਹਨੂੰ ਬੜਾ ਯੂਜ਼ ਕਰ ਰਹੇ ਨੇ ਸਕਿਨ ਦੀਆਂ, ਅਗਰ ਆਪਾਂ ਗੱਲ ਕਰ ਲਈਏ ਬਹੁਤ ਜ਼ਿਆਦਾ ਬਿਊਟੀ ਪਾਰਲਰਸ ਖੁੱਲ੍ਹ ਰਹੇ ਨੇ, ਬਹੁਤ ਜ਼ਿਆਦਾ ਅਕੈਡਮੀਜ਼ ਖੁੱਲ੍ਹ ਰਹੀਆਂ ਨੇ, ਔਰ ਬਹੁਤ ਜ਼ਿਆਦਾ ਐਡਸ ਦੇਖ ਕੇ ਲੋਕ ਜਿਹੜਾ ਹੈਗਾ ਇਸ ਵਰਲਡ ਵੱਲ ਜਾ ਰਹੇ ਆ, ਤੁਸੀਂ ਐਜ ਏ ਡਰਮਾਟੋਲੋਜਿਸਟ ਸੇਵਾਵਾਂ ਆਪਣੀਆਂ ਦੇ ਰਹੇ ਹੋ, ਕੀ ਕਹਿਣਾ ਚਾਹੋਗੇ?
ਦੇਖੋ ਜੀ ਅੱਜ ਕੱਲ ਮੈਂ ਇਹ ਸੋਚਦੀ ਹਾਂ ਕਿ ਹਰ ਘਰ ਦੇ ਵਿੱਚ ਇੱਕ ਕੋਈ ਨਾ ਕੋਈ ਸਕਿਨ ਸਪੈਸ਼ਲਿਸਟ ਬੈਠਾ ਹੈ। ਇਹ ਸਕਿਨ ਦੀ ਬਿਮਾਰੀਆਂ ਇੱਦਾਂ ਦੀਆਂ ਜਿਹਦੇ ਕੋਲ ਹਰ ਬੰਦੇ ਕੋਲ ਇਹਦਾ ਕੋਈ ਨਾ ਕੋਈ ਹੈਕ ਹੈਗਾ ਹੈ, ਕਿਸੇ ਨਾ ਕਿਸੇ ਕੋਲ ਹਮੇਸ਼ਾ ਕੋਈ ਨਾ ਕੋਈ ਇਲਾਜ ਦਾ ਤਰੀਕਾ ਹੁੰਦਾ ਹੈ, ਕੋਈ ਨਾ ਕੋਈ ਤੁਹਾਨੂੰ ਕੁਛ ਜ਼ਰੂਰ ਦੱਸ ਦੇਗਾ। ਪਰ ਹਮੇਸ਼ਾ ਕੰਜ਼ਿਊਮਰ ਨੂੰ ਆਪ ਇੰਟੈਲੀਜੈਂਟ ਹੋਣਾ ਚਾਹੀਦਾ ਹੈ, ਪੇਸ਼ੈਂਟ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਜੋ ਇਲਾਜ ਲੈ ਰਿਹਾ ਉਹ ਕਿਸੇ ਸਪੈਸ਼ਲਿਸਟ ਤੋਂ ਲੈ ਰਿਹਾ, ਕੋਈ ਟ੍ਰੇਨਡ ਬੰਦੇ ਤੋਂ ਲੈ ਰਿਹਾ, ਕਿ ਉਹ ਐਜ਼ ਪਾਰਲਰ ਤੋਂ ਜਾ ਕੇ ਵੀ ਲੋਕ ਬੋਟੋਕਸ ਕਰਾਉਂਦੇ ਨੇ, ਹੇਅਰ ਰਿਮੂਵਲ ਲੇਜ਼ਰਸ ਕਰਾਉਂਦੇ ਨੇ, ਪਰ ਉਹਨਾਂ ਨੂੰ ਚੀਜ਼ ਆਪ ਸਮਝਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਇਸ ਚੀਜ਼ਾਂ ਲਈ ਟ੍ਰੇਨਡ ਹੈ, ਜੋ ਸਕਿਨ ਦੀਆਂ ਬਿਮਾਰੀਆਂ ਲਈ ਜਿਸਨੇ ਟ੍ਰੇਨਿੰਗ ਲਿੱਤੀ ਹੈ, ਸਪੈਸ਼ਲਿਟੀ ਹੈ, ਉਹਦੇ ਤੋਂ ਓਬਵੀਅਸਲੀ ਉਹਨੂੰ ਸਾਈਡ ਇਫੈਕਟਸ ਦੇ ਚਾਂਸਿਸ ਘੱਟ ਨੇ, ਅਤੇ ਉਹਨਾਂ ਨੂੰ ਆਪ ਹੀ ਇਹ ਚੀਜ਼ ਸੋਚਣੀ ਚਾਹੀਦੀ ਹੈ। ਅੰਡਰ ਸਰ ਕੀ ਮਤਲਬ ਜਿਸ ਤਰੀਕੇ ਦੇ ਨਾਲ ਅੱਜ ਜਿਹੜੇ ਕਪਲਸ ਆ ਗਏ ਉਹ ਅੱਜ ਬਿਊਟੀ ਪਾਰਲਰ ਜਾਂਦੇ ਸੀ, ਅੱਜ ਕੱਲ੍ਹ ਉਹ ਵਧੀਆ ਸਕਿਨ ਡਾਕਟਰਸ ਕੋਲ ਨੂੰ ਵੀ ਵਿਜ਼ਿਟ ਕਰਨ ਲੱਗ ਗਏ ਹੈਗੇ ਆ, ਬ੍ਰਾਈਡ ਅਤੇ ਬ੍ਰਾਈਡਗਰੂਮ ਕੀ ਕਹਿਣਾ ਚਾਹੋਗੇ? ਦੇਖੋ ਮੈਂ ਉਹੀ ਚੀਜ਼ ਕਹਿੰਦੀ ਹਾਂ ਕਿ ਜਿੰਨਾ ਅਸੀਂ ਐਜ਼ ਡਾਕਟਰਸ ਆਪਣੇ ਪੇਸ਼ੈਂਟਸ ਲਈ ਅਵੇਲੇਬਲ ਰਹਾਂਗੇ, ਉਹਨਾਂ ਨੂੰ ਆਪਣੀਆਂ ਸਰਵਿਸਿਜ਼ ਦੇਵਾਂਗੇ, ਉਹ ਸਾਡੇ ਕੋਲ ਜ਼ਿਆਦਾ ਆਉਣਗੇ, ਬਿਕੋਜ਼ ਉਹਨਾਂ ਨੂੰ ਇਹ ਚੀਜ਼ ਅਵੇਅਰਨੈਸ ਅੱਜ ਕੱਲ੍ਹ ਹੋ ਚੁੱਕੀ ਹੈ ਕਿ ਕੁਆਲਿਟੀ ਸਰਵਿਸਿਜ਼ ਕਿੱਥੋਂ ਮਿਲਦੀਆਂ ਨੇ। ਅਤੇ ਅੱਜ ਕੱਲ੍ਹ ਜੋ ਯੰਗ ਕਪਲਸ ਨੇ, ਯੰਗਸਟਰਸ ਨੇ, ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਨੂੰ ਜਿੰਨਾ ਯੂਜ਼ ਕਰਦੇ ਨੇ, ਉਹਨੇ ਅਵੇਅਰਨੈਸ ਵੀ ਉਹਦੇ ਤੋਂ ਉਹਨਾਂ ਨੂੰ ਮਿਲ ਰਹੀ ਹੈ ਕਿ ਕੁਆਲਿਟੀ ਸਰਵਿਸਿਜ਼ ਕਿੱਥੋਂ ਮਿਲਦੀਆਂ ਨੇ। ਔਰ ਜਿੱਦਾਂ ਆਪਾਂ ਬਾਇਓਟੈਕਸ ਦੀ ਗੱਲ ਕਰ ਲਈਏ, ਔਰ ਹੋਰ ਆਪਾਂ ਗੱਲ ਕਰ ਲਈਏ ਸਕਾਰਸ ਦੀ ਗੱਲ ਕਰ ਲਈਏ, ਪਿੰਪਲਸ ਦੀ ਗੱਲ ਕਰ ਲਈਏ, ਔਰ ਉਹਦੇ ਨਾਲ ਜਿਹੜੇ ਧੱਬੇ ਪੈ ਜਾਂਦੇ ਆ, ਔਰ ਤੁਸੀਂ ਐਜ਼ ਏ ਸਕਿਨ ਡਾਕਟਰ ਕੀ ਕਹਿਣਾ ਚਾਹੋਗੇ ਕਿ ਹਰ ਚੀਜ਼ ਦਾ ਅੱਜ ਇਲਾਜ ਹੈਗਾ, ਲੇਜ਼ਰਸ ਹੈਗੇ ਆ ਜਿਹਦੇ ਨਾਲ ਕਿ ਬੰਦਾ ਬਿਲਕੁਲ ਉਹੀ ਪੁਰਾਣੀ ਆਪਣੀ ਸਕਿਨ ਲੈ ਸਕਦਾ? ਦੇਖੋ ਹਰ ਚੀਜ਼ ਦਾ ਟ੍ਰੀਟਮੈਂਟ ਹੈ ਸਕਿਨ ਦੇ ਵਿੱਚ, ਪਰ ਓਨਲੀ ਥਿੰਗ ਜਿਹੜੀ ਚਾਹੀਦੀ ਹੈ ਲੋਕਾਂ ਨੂੰ ਉਹ ਪੇਸ਼ੈਂਸ ਹੈ। ਹਰ ਬੰਦਾ ਇਹ ਚਾਹੁੰਦਾ ਹੈ ਕਿ 15 ਦਿਨ 'ਚ 20 ਦਿਨ ਦੇ ਵਿੱਚ ਮੇਰੀ ਸਾਰੀ ਸਕਿਨ ਦੀ ਪ੍ਰੋਬਲਮ ਜੋ ਹੈ, ਜਿਸ ਤਰੀਕੇ ਦੀ ਵੀ ਉਹਨਾਂ ਦੀ ਹੈ, ਕਿ ਠੀਕ ਹੋ ਜਾਏ। ਇੱਦਾਂ ਸਕਿਨ ਦੀ ਬਿਮਾਰੀ 'ਚ ਨਹੀਂ ਹੁੰਦਾ, ਇਹਨੂੰ ਟਾਈਮ ਲੱਗਦਾ, ਕਿਉਂਕਿ ਜੋ ਪਰ ਪੇਸ਼ੈਂਟਸ ਕੀ ਕਰਦੇ ਨੇ, ਉਹ ਇੱਕ ਡਾਕਟਰ ਕੋਲੋਂ 15 ਦਿਨ ਦਵਾਈ ਖਾ ਕੇ ਫਿਰ ਦੂਸਰੇ ਕੋਲ ਕਿ ਹਾਂਜੀ ਉੱਥੋਂ ਜ਼ਿਆਦਾ ਫਾਇਦਾ ਹੋਏਗਾ। ਅਤੇ ਇਸ ਕਰਕੇ ਮੈਂ ਕਹੂੰਗੀ ਕਿ ਪੇਸ਼ੈਂਟਸ ਨੂੰ ਪੇਸ਼ੈਂਸ ਸ਼ੋਅ ਕਰਨੀ ਚਾਹੀਦੀ ਹੈ। ਹਰ ਚੀਜ਼ ਦਾ ਇਲਾਜ ਹੈ, ਪਰ ਜੇ ਉਹ ਲੱਗ ਕੇ ਦਵਾਈ ਕਰਨ ਅਤੇ ਆਪਣੇ ਡਾਕਟਰ 'ਤੇ ਟਰੱਸਟ ਕਰਨ, ਸਿਰਫ ਉਸੇ ਦੇ ਨਾਲ ਟ੍ਰੀਟਮੈਂਟ ਹੋ ਸਕਦਾ ਹੈ। ਦੇਖੋ ਜਿੱਦਾਂ ਸੀਜ਼ਨਲ ਚੇਂਜ ਹੈਗੀ ਆ, ਔਰ ਉਹਦੇ ਨਾਲ ਫੇਸ ਦੀ ਆਪਾਂ ਗੱਲ ਕਰ ਲਈਏ, ਉਹਦੇ ਨਾਲ ਥੋੜ੍ਹੀਆਂ ਬਿਮਾਰੀਆਂ ਸਕੈਬੀਜ਼ ਵਗੈਰਾ ਜਿਹੜੀ ਹੈਗੀ ਆ ਉਹ ਵੀ ਆ ਰਹੀ ਆ, ਫੰਗਲ ਇਨਫੈਕਸ਼ਨ ਆ ਰਹੀ ਆ, ਔਰ ਲੋਕ ਉਹਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਦੇਖ ਦੇਖ ਕੇ ਵੀ ਘਰ 'ਚ ਇੱਕ ਡਾਕਟਰ ਦਾ ਹੁੰਦਾ, ਉਹ ਕਹਿੰਦਾ ਲੈ ਆ ਕਰੀਮ ਲਾ ਲਾ ਵੀ ਇੱਦਾਂ ਠੀਕ ਹੋ ਜਾਏਗਾ, ਕੀ ਕਹਿਣਾ ਚਾਹੋਗੇ ਕਿ ਇਹ ਚੀਜ਼ਾਂ ਜਿਹੜੀਆਂ ਜਦੋਂ ਮੁੜ ਕੇ ਭਿੰਕ ਰੂਪ ਧਾਰਨ ਕਰ ਜਾਂਦੀਆਂ ਫਿਰ ਡਾਕਟਰਸ ਨੂੰ ਮਿਲਣਾ ਤਾਂ ਉਹਦੇ 'ਚ ਡਾਕਟਰਸ ਦੇ ਲਈ ਵੀ ਔਖਾ ਹੁੰਦਾ ਕੰਮ? ਕੱਲ੍ਹ ਜਿੱਦਾਂ ਮੈਂ ਪੇਸ਼ੈਂਟਸ ਦਾ ਕੈਂਪ ਲਗਾਇਆ, ਉਹਦੇ 'ਚੋਂ 200-250 ਪੇਸ਼ੈਂਟ ਦੇ ਵਿੱਚੋਂ ਤੁਸੀਂ ਸੋਚ ਸਕਦੇ ਹੋ ਕਿ 80% ਪੇਸ਼ੈਂਟਸ ਇਸੇ ਚੀਜ਼ ਦੇ ਸੀ, ਕੋਈ ਸਕੇਬੀਜ਼ ਹੈ, ਕੋਈ ਫੰਗਲ ਇਨਫੈਕਸ਼ਨ ਹੈ। ਉਹ ਸਾਰੇ ਦੇ ਸਾਰੇ ਪੇਸ਼ੈਂਟ ਕੀ ਕਰਦੇ ਕਿ ਕਿਸੇ ਕੋਲੋਂ ਜਾ ਕੇ ਕੋਈ ਕਰੀਮ ਲੈ ਆਉਂਦੇ ਆ ਜਾਂ ਲੋਸ਼ਨ ਲੈ ਆਉਂਦੇ ਆ, ਉਹ ਲਗਾਉਂਦੇ ਨੇ, ਫਿਰ ਉਹਨਾਂ ਦੀ ਸਕਿਨ ਖਰਾਬ ਹੋ ਜਾਂਦੀ ਹੈ, ਸੜ ਜਾਂਦੀ ਹੈ, ਅਤੇ ਫਿਰ ਉਹ ਸਾਡੇ ਕੋਲ ਆਉਂਦੇ ਨੇ ਕਿ ਹਾਂਜੀ ਹੁਣ ਇਹਨੂੰ ਠੀਕ ਕਰੋ। ਅਤੇ ਇਸ ਤੋਂ ਮੈਂ ਚੰਗਾ ਕਹੂੰਗੀ ਕਿ ਪੇਸ਼ੈਂਟਸ ਜਿਹੜਾ ਪੈਸਾ ਆਪਣਾ ਇੱਧਰ ਉੱਧਰ ਜਾ ਕੇ ਵੇਸਟ ਕਰਦੇ ਨੇ, ਉਹ ਆਪਦੀ ਲੱਗ ਕੇ ਇੱਕ ਵਾਰੀ ਮੈਡੀਸਿਨ ਕਰ ਲੈਣ, ਤਾਂ ਇਹ ਚੀਜ਼ਾਂ ਬਹੁਤ ਹੀ ਈਜ਼ੀਲੀ ਟ੍ਰੀਟੇਬਲ ਨੇ, ਉਹਨਾਂ ਨੂੰ ਇੱਧਰ ਉੱਧਰ ਜਾਣ ਦੀ ਇਹਨਾਂ 'ਚ ਜ਼ਰੂਰਤ ਨਹੀਂ ਹੁੰਦੀ। ਡਾਕਟਰ ਜਿੱਦਾਂ ਜੰਕ ਫੂਡਸ ਦੀ ਆਪਾਂ ਗੱਲ ਕਰ ਲਈਏ, ਐਕਸਰਸਾਈਜ਼ ਦੇ ਅਭਾਵ ਦੀ ਗੱਲ ਕਰ ਲਈਏ, ਕੰਪਿਊਟਰਸ ਦੀ ਗੱਲ ਕਰ ਲਈਏ, ਟੈਬਸ ਦੀ ਗੱਲ ਕਰ ਲਈਏ, ਅੱਜ ਦਾ ਜਿਹੜਾ ਸਿਨੈਰੀਓ ਬਿਲਕੁਲ ਚੇਂਜ ਹੋ ਚੁੱਕਿਆ, ਜਿਹਦੇ 'ਚ ਅਸੀਂ ਸੀਡੇਟਿਵ ਹੋ ਚੁੱਕੇ ਹਾਂ, ਕੀ ਕਹਿਣਾ ਚਾਹੋਗੇ ਕਿ ਇਹ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਸਕਿਨ ਨੂੰ ਵੀ ਮਤਲਬ ਨਾਲ ਸ਼ਕਤੀ ਪਹੁੰਚਾ ਰਿਹਾ? ਅੱਜ ਕੱਲ੍ਹ ਮੇਰੇ ਕੋਲ ਬਹੁਤ ਯੰਗ ਪੇਸ਼ੈਂਟਸ ਆਉਂਦੇ ਨੇ, ਜਿਵੇਂ 15 ਸਾਲ ਦੇ, 14 ਸਾਲ ਦੀਆਂ ਲੜਕੀਆਂ ਆਉਂਦੀਆਂ ਨੇ, ਕੰਪਲੇਨ ਕਰਦੀਆਂ ਨੇ ਡਾਰਕ ਸਰਕਲਸ ਦੀ, ਕਿ ਸਾਡੇ ਡਾਰਕ ਸਰਕਲਸ ਹੁੰਦੇ ਆ। ਉਹਨਾਂ ਨੂੰ ਮੈਂ ਇਹ ਕਹਿੰਦੀ ਹਾਂ ਕਿ ਉਹਨਾਂ ਦੀ ਕੋਈ ਏਜ ਨਹੀਂ ਹੈ ਡਾਰਕ ਸਰਕਲਸ ਦੀ ਜਾਂ ਰਿੰਕਲਸ ਦੀ, ਬਟ ਉਹ ਕਿਉਂ ਹੋ ਰਿਹਾ? ਕਿਉਂਕਿ ਸਾਰਾ ਟਾਈਮ ਜੋ ਫੋਨ ਯੂਜ਼ ਹੁੰਦੇ ਨੇ, ਸਕਰੀਨ ਟਾਈਮ ਬਹੁਤ ਜ਼ਿਆਦਾ ਹੈ, ਲੈਪਟੋਪਸ, ਟੀ ਵੀ, ਫੋਨ, ਸਕਰੀਨ ਟਾਈਮ ਇੰਨਾ ਹੋਣ ਕਰਕੇ ਸਭ ਇਹ ਪ੍ਰੋਬਲਮਸ ਆ ਰਹੀਆਂ। ਜੰਕ ਫੂਡ ਬਹੁਤ ਜ਼ਿਆਦਾ ਹੈ, ਤਾਂ ਐਕਨੇ ਦੇ ਨਾਲ 13-12 ਸਾਲ ਦੇ ਬੱਚੇ ਬਹੁਤ ਜ਼ਿਆਦਾ ਪਿੰਪਲਸ ਦੇ ਨਾਲ ਆਉਂਦੇ ਹੈ, ਤਾਂ ਓਬਵੀਅਸਲੀ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਅਤੇ ਇਹ ਮੈਟਰ ਕਰਦੀਆਂ। ਡਾਕਟਰ ਜਿਸ ਤਰੀਕੇ ਦੇ ਨਾਲ ਹਾਰਮੋਨਲ ਚੇਂਜ ਬੱਚਿਆਂ 'ਚ ਬਹੁਤ ਆ ਰਹੀ ਹੈ, PCOD ਹੈ, ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਆ ਰਹੀਆਂ, ਔਰ ਤੁਸੀਂ ਐਜ਼ ਏ ਸਕਿਨ ਡਾਕਟਰ ਕੀ ਕਹਿਣਾ ਚਾਹੋਗੇ ਕਿ ਹਰੇਕ ਬੰਦੇ ਨੂੰ ਜਦੋਂ ਵੀ ਕੋਈ ਸਕਿਨ ਦੀ ਪ੍ਰੋਬਲਮ ਹੈ ਤਾਂ ਉਹਨੂੰ ਸਪੈਸ਼ਲਾਈਜ਼ਡ ਕੋਲ ਜਾਣਾ ਚਾਹੀਦਾ? ਅੱਜ ਉਹ ਜਿਹੜੀਆਂ ਚੀਜ਼ਾਂ ਉਸ ਜ਼ਮਾਨਾ ਖਤਮ ਹੋ ਗਿਆ, ਜਿਸ ਤਰੀਕੇ ਨਾਲ ਤੁਸੀਂ ਐਜ਼ ਏ ਇੰਨਾ ਪੜ੍ਹ ਕੇ ਉਸ ਤੋਂ ਬਾਅਦ ਸਕਿਨ ਦੇ ਨਾਲ ਅਟੈਚ ਹੋ ਕੇ ਆਏ ਹੋ, ਕੀ ਕਹਿਣਾ ਚਾਹੋ? ਦੇਖੋ PCOS ਜਿੰਨੀ ਜ਼ਿਆਦਾ ਅੱਜ ਕੱਲ੍ਹ ਇੰਨੀ ਵੱਧ ਚੁੱਕੀ ਹੈ, ਆਈ ਥਿੰਕ ਆਲਮੋਸਟ 1 in 5 ਪੀਪਲ ਹੈਵ PCOS, ਉਹ ਗਰਲਸ ਦੇ ਵਿੱਚ ਇੰਨਾ ਜ਼ਿਆਦਾ ਕਾਮਨ ਹੈ। ਬਟ
ਇਹਦਾ ਟ੍ਰੀਟਮੈਂਟ ਇਹਦਾ ਕਿਉਰ ਨਹੀਂ ਹੁੰਦਾ ਇਹਦਾ ਸਿਰਫ ਜੋ ਕੰਟਰੋਲ ਹੈ ਦੈਟ ਇਜ਼ ਲਾਈਫਸਟਾਈਲ ਡਾਇਟ ਐਂਡ ਵਰਕਆਊਟ ਠੀਕ ਹੈ ਅਤੇ ਐਂਡ ਜੋ ਇਹਦੇ ਨਾਲ ਪ੍ਰੋਬਲਮਸ ਆਉਂਦੀਆਂ ਜਿੱਦਾਂ ਬਾਲ ਝੜਦੇ ਨੇ ਪਿੰਪਲਸ ਹੁੰਦੇ ਨੇ ਮੋਟਾਪਾ ਆਉਂਦਾ ਹੈ ਉਹ ਸਭ ਜਿਹੜੀਆਂ ਪ੍ਰੋਬਲਮਸ ਨੇ ਉਹਦਾ ਟ੍ਰੀਟਮੈਂਟ ਜੋ ਹੈ ਪੀ ਸੀ ਓ ਐਸ ਦੇ ਨਾਲ ਉਹ ਵੀ ਟ੍ਰੀਟਮੈਂਟ ਕਰਨਾ ਹੁੰਦਾ ਹੈ ਪਰ ਲੋਕ ਇਹ ਚੀਜ਼ ਸਮਝਦੇ ਨਹੀਂ ਹੈ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਇਹ ਸਭ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ ਬਟ ਅੱਜ ਕੱਲ੍ਹ ਬਹੁਤ ਯੰਗ ਗਰਲਸ ਆਉਂਦੀਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਪੀ ਸੀ ਓ ਐਸ ਕੀ ਹੈ ਅਤੇ ਇਹਨੂੰ ਕਿੱਦਾਂ ਕੰਟਰੋਲ ਕਰਨਾ ਹੈ ਅਤੇ ਅਵੇਅਰਨੈਸ ਐਕਚੁਲੀ ਇਜ਼ ਦ ਕੀ ਕਿ ਉਹ ਆਪਣਾ ਟ੍ਰੀਟਮੈਂਟ ਉਸ ਤਰੀਕੇ ਦੇ ਨਾਲ ਲੈਣ